ਇਹ ਫਿਰ ਡੋਲੀ ਮੈਨੂੰ ਲੱਗਦਾ ਹੈ ਡੋਲੀ ਵਾਲੀ ਕਾਰ ਲੱਗਦੀ ਹੈ ਇਹਦੇ 'ਚ ਅਸੀਂ ਬੈਠ ਕੇ ਲਿਆਂ ਬਿਲਕੁਲ ਜੀ ਬਿਲਕੁਲ ਉਦੋਂ ਫੁੱਲ ਲਾ ਕੇ ਇੱਕਦਮ ਸ਼ਿੰਗਾਰ ਕੇ ਲਿਆਵਾਂਗੇ ਕਿਸਾਨਾਂ ਦੇ ਵਿੱਚ ਰੋਸ ਆ ਕਿਸਾਨ ਕਹਿੰਦੇ ਜੇ ਵੱਡੇ ਵੱਡੇ ਲੀਡਰਾਂ ਦੇ ਜਾਂ ਜਿਹੜੇ ਵੱਡੇ ਵੱਡੇ ਅਮੀਰਾਂ ਦੇ ਕੁੱਤਾ ਵੀ ਮਰ ਜਵੇ ਤਾਂ ਉਹਦੇ ਤੇ ਅਫਸੋਸ ਕਰਨ ਚੱਲ ਜਾਂਦੇ ਆ ਪਰ ਇੱਥੇ 70 ਕਿਸਾਨ ਮਰ ਗਏ ਕੋਈ ਵੀ ਲੀਡਰ ਨਹੀਂ ਆਇਆ ਤੇ ਅਫਸੋਸ ਕਰਨ ਬਹੁਤ ਉਗਰਵਾਦੀ ਧਰਨਾ ਹੈ ਬਹੁਤ ਉਗਰ ਹੈਗਾ ਹੈ ਇਹ ਧਰਨਾ ਇੱਥੇ ਹਰੇਕ ਬੰਦੇ ਨੂੰ ਆਏ ਨੂੰ ੱੱਕੇ ਨਾਲ 4-4 5-5 ਤਰ੍ਹਾਂ ਦਾ ਲੰਗਰ ਛਕਾ ਦਿੱਤਾ ਜਾਂਦਾ ਹੈ ਅਗਰ ਨਹੀਂ ਵੀ ਛਕਣਾ ਜਾਂਦਾ ਹੈ ਸ਼ਹਿਰਾਂ ਦੇ ਲੋਕ ਵੀ ਜਾਗਰੂਕ ਹੋ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਡਰ ਸਤਾ ਰਿਹਾ ਜੋ ਅੱਜ ਆਟਾ ਉਹਨਾਂ ਨੂੰ 20 ਤੋਂ 25 ਰੁਪਏ ਮਿਲਦਾ ਹੈ ਅਗਰ ਇਹ ਕਾਨੂੰਨ ਲਾਗੂ ਹੋ ਗਏ ਤਾਂ ਕੋਆਪਰੇਟ ਕਰਾਣਿਆਂ ਵੱਲੋਂ ਉਹੀ ਆਟਾ 150 ਤੋਂ 200 ਰੁਪਏ ਕਿਲੋ ਵੇਚਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਤੋਂ ਰੈਲੀ ਕੱਢੀ ਗਈ ਆ ਤੇ ਇੱਕ ਰੈਲੀ ਦੇ ਵਿੱਚ ਆਡੀ ਕਾਰ ਤੇ ਵੀ ਜਿਹੜੇ ਹੈਗੇ ਆ ਸ਼ਹਿਰ ਵਾਸੀ ਪਹੁੰਚੇ ਆ ਜਿਹੜੇ ਕਿਸਾਨਾਂ ਦੀ ਇਸ ਲੜਾਈ ਦੇ ਵਿੱਚ ਦਰਦ ਰੱਖਦੇ ਉਹਨਾਂ ਦੇ ਨਾਲ ਗੱਲ ਵੀ ਬਾਤ ਵੀ ਕਰਦੇ ਆ ਇਹਨਾਂ ਦੇ ਨਾਲ ਕੀ ਕਹਿਣਾ ਕਿਸਾਨ ਜਿਹੜੀ ਕਿਸਾਨਾਂ ਦੇ ਖਿਲਾਫ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਬਰਾਤ ਤਾਂ 26 ਨੂੰ ਜਾਣੀ ਹੈ ਤੁਸੀਂ ਅਜੇ ਤਿਆਰੀ ਕਰੀ ਬੈਠੇ ਆ ਦੇਖੋ ਬਰਾਤ ਤੋਂ ਪਹਿਲਾਂ ਹੋਰ ਵੀ ਬੜੇ ਸਾਰੇ ਕੰਮ ਹੁੰਦੇ ਨੇ ਬੜੀਆਂ ਸਾਰੀਆਂ ਤਿਆਰੀਆਂ ਹੁੰਦੀਆਂ ਉਹਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਜੀ ਰਿਹਸਲ ਕੀਤੀ ਜਾ ਰਹੀ ਹੈ ਬਿਲਕੁਲ ਰਿਹਸਲ ਹੋ ਰਹੀ ਹੈ ਜੀ ਤੇ ਫਿਰ ਡੋਲੀ ਮੈਨੂੰ ਲੱਗਦਾ ਹੈ ਡੋਲੀ ਵਾਲੀ ਕਾਰ ਲੱਗਦੀ ਹੈ ਇਹਦੇ 'ਚ ਬੈਠ ਕੇ ਲਿਆਣੀ ਬਿਲਕੁਲ ਜੀ ਬਿਲਕੁਲ ਉਹਦੋਂ ਫੁੱਲ ਲਾ ਕੇ ਇੱਕਦਮ ਸ਼ਿੰਗਾਰ ਕੇ ਭਾਜੀ ਚਲੋ ਇਹ ਤਾਂ ਹੋ ਗਈ ਬਿਆਦੀਆਂ ਗੱਲਾਂ ਬਾਤਾਂ 46 ਦਿਨ ਹੋ ਗਏ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਬੈਠੇ ਹੋਏ ਮੀਂਹ ਵੀ ਆਇਆ ਤੁਸੀਂ ਦੇਖਿਆ ਕੀ ਹਾਲਾਤ ਆ 70 ਦੇ ਕਰੀਬ ਜਿਹੜੇ ਹੈਗੇ ਕਿਸਾਨ ਸ਼ਹੀਦ ਹੋ ਗਏ ਕੱਲ ਵੀ ਜਿਹੜਾ ਕੁੰਡਲੀ ਬਾਰਡਰ ਦੇ ਇੱਕ ਕਿਸਾਨ ਨੇ ਜਿਹੜੀ ਹੈਗੀ ਆ ਆਤਮ ਹੱਤਿਆ ਕਰ ਲਈਆ ਦਰਦ ਕਿਉਂ ਨਹੀਂ ਹੋ ਰਿਹਾ ਸਰਕਾਰ ਨੂੰ ਜਿਹੜੀ ਲੋਕਾਂ ਲੋਕਾਂ ਨੇ ਸਰਕਾਰ ਚੁਣੀ ਸੀ ਆਪਣੇ ਦੁੱਖਾਂ ਵਾਸਤੇ ਉਹ ਸਰਕਾਰ ਨੂੰ ਦਰਦ ਕਿਉਂ ਨਹੀਂ ਹੋ ਰਿਹਾ ਦੇਖੋ ਜੀ ਅਸੀਂ ਦਿੱਲੀ ਤੋਂ ਐਸੇ ਦਰਦ ਨੂੰ ਵੰਡਾਣ ਆਏ ਆ ਕਿਉਂਕਿ ਸਾਡੇ 'ਚ ਬਹੁਤ ਦਰਦ ਹੈ ਬਹੁਤ ਰੋष ਹੈ ਔਰ ਇਹ ਸਰਕਾਰ ਗੂੰਗੀ ਬੈਰੀ ਸਰਕਾਰ ਹੈਗੀ ਹੈ ਇਹਨੂੰ ਸੁਣਾਉਣ ਵਾਸਤੇ ਕਿਤੇ ਨਾ ਕਿਤੇ ਥੋੜੀ ਬਹੁਤ ਆਵਾਜ਼ ਹਰ ਇਨਸਾਨ ਨੂੰ ਹਰ ਉਸ ਹਿੰਦੁਸਤਾਨੀ ਨੂੰ ਜਿਹੜਾ ਕਿ ਇਹ ਅੰਨ ਖਾਂਦਾ ਆ ਕਿ ਇਨਸਾਨ ਦਾ ਉਪਜਾਇਆ ਹੋਇਆ ਉਹਨੂੰ ਹਰ ਇਨਸਾਨ ਨੂੰ ਦਰਦ ਹੋਣਾ ਚਾਹੀਦਾ ਤੇ ਉਹਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਇਸੇ ਕਰਕੇ ਅਸੀਂ ਆਪਣੀ ਆਵਾਜ਼ ਕਿਸਾਨਾਂ ਦੀ ਆਵਾਜ਼ ਚ ਰਲਣ ਲਈ ਆਇਆ ਤਾਂ ਕਿ ਬਰਾਬਰੀ ਆਵਾਜ਼ ਆਵੇ ਸਾਡੀ ਵੀ ਕਿਸਾਨਾਂ ਦਾ ਸਾਥ ਜਿੰਨਾ ਦੇ ਸਕਦਾ ਹਰ ਇਨਸਾਨ ਹਰ ਆਮ ਇਨਸਾਨ ਜੋ ਅਨਖਾਂਦਾ ਆ ਉਹਨੂੰ ਬਿਲਕੁਲ ਆਵਾਜ਼ ਚੁਕਣੀ ਚਾਹੀਦੀ ਆ ਰੋਸ ਪ੍ਰਗਟ ਕਰਨਾ ਚਾਹੀਦਾ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਰੋਸ ਪ੍ਰਗਟ ਕਰਨਾ ਚਾਹੀਦਾ ਆ ਕਿ ਐਨੇ ਕਿਸਾਨ ਸ਼ਹੀਦ ਹੋ ਰਹੇ ਨੇ ਆਤਮ ਹੱਤਿਆਵਾਂ ਕਰ ਰਹੇ ਨੇ ਤੇ ਉਹਨਾਂ ਨੂੰ ਬਿਲਕੁਲ ਇਹਦੇ ਬਾਰੇ ਸੋਚਣਾ ਚਾਹੀਦਾ ਆ ਮੇਰਾ ਮੰਨਣਾ ਇਹ ਆ ਕਿਸਾਨਾਂ ਦੇ ਵਿੱਚ ਰੋਸ ਆ ਕਿਸਾਨ ਕਹਿੰਦੇ ਜੇ ਵੱਡੇ ਵੱਡੇ ਲੀਡਰਾਂ ਦੇ ਜਾਂ ਜਿਹੜੇ ਵੱਡੇ ਵੱਡੇ ਅਮੀਰਾਂ ਦੇ ਕੁੱਤਾ ਵੀ ਮਰ ਜਵੇ ਤਾਂ ਉਹਦੇ ਤੇ ਅਫਸੋਸ ਕਰਨ ਚੱਲ ਜਾਂਦੇ ਆ ਪਰ ਇੱਥੇ 70 ਕਿਸਾਨ ਮਰ ਗਏ ਕੋਈ ਵੀ ਲੀਡਰ ਨਹੀਂ ਆਇਆ ਇੱਥੇ ਅਫਸੋਸ ਕਰਨ ਦੇਖੋ ਜੀ ਲੀਡਰ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਪੱਤਰਕਾਰ ਉਹ ਤੁਹਾਨੂੰ ਪਤਾ ਹੈ ਲੀਡਰ ਨੂੰ ਜਿੱਥੇ ਬੁਰਕੀ ਮਿਲਦੀ ਆ ਉਥੇ ਜਾਂਦਾ ਆ ਤੇ ਇੱਥੇ ਇਹਨਾਂ ਨੂੰ ਕੁਝ ਖਾਸ ਹੁਣ ਲੱਗਦਾ ਹੈ ਜਿਨ੍ਹਾਂ ਨੂੰ ਪਤਾ ਹੈ ਵੀ ਉਹਨਾਂ ਦੀ ਸਿਆਸਤ ਚੱਲਣੀ ਹੈ ਉਸ ਸਿਆਸਤ ਚਮਗਾਨ ਆ ਰਹੇ ਨੇ ਤੇ ਜਿਨ੍ਹਾਂ ਨੂੰ ਪਤਾ ਹੈ ਵੀ ਅੱਗੇ ਤੋਂ ਸੈਂਟਰ ਸਰਕਾਰ ਤੋਂ ਮਾਰ ਪੈਣੀ ਹੈ ਤੋਂ ਉਸ ਕਰਕੇ ਨਹੀਂ ਆ ਰਹੇ ਹੈ ਬਾਕੀ ਜਿਹੜਾ ਆਮ ਆਦਮੀ ਹੈ ਇੱਥੇ ਆਪ ਆਪ ਜੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਕੋਈ ਕਮੀ ਨਹੀਂ ਹੈ ਉਹ ਲਾਈਨਾਂ ਬੰਨ ਬੰਨ ਕੇ ਆ ਰਹੇ ਨੇ ਸਵੇਰੇ ਸ਼ਾਮ ਆ ਰਹੇ ਨੇ ਰਾਤ ਦਿਨ ਆ ਰਹੇ ਨੇ ਬਰਸਾਤ ਜਾ ਰਹੇ ਨੇ ਠੰਡ ਜਾ ਰਹੇ ਨੇ ਕੱਲ ਨੂੰ ਗਰਮੀ ਪੈਗੀ ਤਾਂ ਵੀ ਆਣਗੇ ਬਸ ਦਿੱਲੀ ਤੋਂ ਲਗਭਗ ਹਰ ਦੂਜੇ ਚੌਥੇ ਦਿਨ ਜਿੰਨੀ ਕਿ ਸੇਵਾ ਸਾਤੋਂ ਹੁੰਦੀ ਹੈ ਅਸੀਂ ਕਰਨ ਆਂਦੇ ਆ ਤੇ ਸਾਨੂੰ ਕਦੇ ਇਦਾਂ ਦੀ ਕੋਈ ਪਰੇਸ਼ਾਨੀ ਆਈ ਨਹੀਂ ਇੱਥੇ ਤੱਕ ਅੰਦਰ ਤੱਕ ਪਹੁੰਚਣ ਲਈ ਜਾਂ ਜਾਣ ਲਈ ਯਾ ਕਿਸੇ ਪ੍ਰਕਾਰ ਦੀ ਮੇਰੇ ਹਿਸਾਬ ਨਾਲ ਦਿੱਲੀ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਦਿੱਲੀ ਤੋਂ ਬਾਹਰ ਵੀ ਲੋਕ ਜਾ ਰਹੇ ਨੇ ਪੈਰੀਫਰਲ ਬਣਨ ਤੋਂ ਬਾਅਦ ਬਹੁਤ ਸਾਰੇ ਰਸਤੇ ਨੇ ਦਿੱਲੀ ਤੋਂ ਬਾਹਰ ਨਿਕਲਣ ਦੇ ਤੇ ਦਿੱਲੀ ਚ ਆਣ ਦੇ ਸੌਖੇ ਲੋਕ ਆ ਰਹੇ ਨੇ ਤੇ ਸੌਖੇ ਲੋਕ ਜਾ ਰਹੇ ਨੇ ਧਰਨਾ ਕਿੰਨਾ ਕੁ ਤੁਹਾਨੂੰ ਉੱਗਰ ਲੱਗਦਾ ਇੱਥੇ ਕਿਉਂਕਿ ਮੈਂ ਦੇਖ ਰਿਹਾ ਸੀਗਾ ਆਇਆ ਸੀਗਾ ਪੁਲਿਸ ਵਾਲੇ ਕਿਸਾਨ ਭਰਾ ਇਕੱਠੇ ਬੈਠੇ ਸਨ ਬਹੁਤ ਤੁਹਾਡੀ ਗੱਲ ਬਹੁਤ ਜਾਇਜ਼ ਹੈ ਜੀ ਬਹੁਤ ਉਗਰਵਾਦੀ ਧਰਨਾ ਹੈ ਬਹੁਤ ਉਗਰ ਹੈਗਾ ਹੈ ਇਹ ਧਰਨਾ ਇੱਥੇ ਹਰੇਕ ਬੰਦੇ ਨੂੰ ਆਏ ਨੂੰ ਧੱਕੇ ਨਾਲ ਚਾਰ-ਚਾਰ ਪੰਜ ਪੰਜ ਤਰ੍ਹਾਂ ਦਾ ਲੰਗਰ ਛਕਾ ਦਿੱਤਾ ਜਾਂਦਾ ਅਗਰ ਨਹੀਂ ਵੀ ਛਕਣਾ ਜਾਂਦਾ ਤਾਂ ਵੀ ਕੋਈ ਕਹਿੰਦਾ ਚਾਹ ਪੀ ਲੋ ਕੋਈ ਕਹਿੰਦਾ ਚਾਟਾ ਪੀ ਲੋ ਨਵੀਂ ਨਵੀਂ ਤਰ੍ਹਾਂ ਦੀਆਂ ਚਾਹਾਂ ਪਲਾਈਆਂ ਜਾਂਦੀਆਂ ਜੀ ਬਹੁਤ ਉੱਗਰ ਪ੍ਰਦਰਸ਼ ਧਰਨਾ ਹੈ ਜਿੱਤੇ ਤੁਹਾਨੂੰ ਜ਼ਬਰਦਸਤੀ ਤੁਸੀਂ ਨਹੀਂ ਵੀ ਛਕਣਾ ਤਾਂ ਵੀ ਛਕਾ ਬਿਠਾ ਕੇ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਤੇ ਹਾਂ ਇਹ ਤੁਹਾਡਾ ਸਵਾਲ ਜਾਇਜ਼ ਹੈ ਵੀ ਇਹ ਧਰਨਾ ਉੱਗਰ ਹੈ ਇਸ ਪਾਸੇ ਨੂੰ ਉੱਗਰ ਹੈ ਸੇਵਾ ਦੇ ਮਾਮਲੇ ਨੂੰ ਉੱਗਰ ਹੈ ਇੱਥੇ ਹਰ ਬੰਦਾ ਜੇ ਕਿਸੇ ਨੂੰ ਕੰਬਲ ਚਾਹੀਦਾ ਕਿਸੇ ਨੂੰ ਕੋਈ ਸੋਣ ਪੈਣ ਦੀ ਵਿਵਸਥਾ ਚਾਹੀਦੀ ਹੈ ਤਾਂ ਹਰ ਬੰਦਾ ਤਿਆਰ ਹੈ ਇੱਕ ਦੂਜੇ ਲਈ ਸੈਕਰੀਫਾਈਜ਼ ਕਰਨ ਨੂੰ ਤਾਂ ਇਸ ਮਾਮਲੇ 'ਚ ਇਹ ਧਰਨਾ ਜ਼ਰੂਰ ਉੱਗਰ ਹੈ ਜੀ। ਭਾਜੀ ਤੁਹਾਡੇ ਮਨ ਦੀ ਬਾਤ ਕੀ ਕਹਿੰਦੇ ਅੱਜ ਤੁਹਾਡੇ ਮਨ ਦੀ ਬਾਤ ਅਸੀਂ ਸੁਣਾਉਣਾ ਚਾਹੁੰਦੇ ਸਰਕਾਰ ਨੂੰ ਮੋਦੀ ਸਾਹਿਬ ਹਰ ਵਾਰੀ ਆਪਣੇ ਮਨ ਦੀ ਬਾਤ ਸੁਣਾ ਦਿੰਦੇ ਤੁਹਾਡੇ ਮਨ ਦੀ ਬਾਤ ਕੀ ਕਹਿਣਾ ਚਾਹੁੰਦੇ ਤੁਸੀਂ। ਸਾਡੇ ਮਨ ਦੀ ਬਾਤ ਤਾਂ ਹੀ ਹੈ ਮੋਦੀ ਸਾਹਿਬ ਨੂੰ ਹੱਥ ਜੋੜ ਕੇ ਕਿਰਪਾ ਕਰਕੇ ਬੇਨਤੀ ਹੈਗੀ ਹੈ ਬਈ ਸਾਡੀ ਇੱਕੋ ਹੀ ਮਨ ਕੀ ਬਾਤ ਹੈਗੀ ਹੈ। ਬਈ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇ ਜਿਹੜਾ ਕਿ ਸਿਰਫ ਕਿਸਾਨਾਂ ਲਈ ਨਹੀਂ ਆਮ ਜਨਤਾ ਲਈ ਗਰੀਬ ਲੋਕਾਂ ਲਈ ਮਿਡਲ ਕਲਾਸ ਅਪਰ ਮਿਡਲ ਕਲਾਸ ਲੋਅਰ ਮਿਡਲ ਕਲਾਸ ਲਈ ਬਹੁਤ ਖਤਰਨਾਕ ਨੇ ਇਹਨਾਂ ਨੂੰ ਵਾਪਸ ਕੀਤਾ ਜਾਵੇ ਤੇ ਕਿਸਾਨਾਂ ਦੇ ਨਾਲ ਬੈਠ ਕੇ ਨਵੇਂ ਸਿਰੇ ਤੋਂ ਚਰਚਾ ਕਰਕੇ ਨਵੇਂ ਕਾਨੂੰਨ ਲਿਆਏ ਜਾਣ ਜੋ ਕਿ ਕਿਸਾਨਾਂ ਦੇ ਭਲੇ ਦੇ ਹੋਣ ਐਮ ਐਸ ਬੀ ਐਮ ਐਸ ਬੀ ਜਿਹੜੀ ਹੁੰਦੀ ਹੈ ਮਿਨੀਮਮ ਸਪੋਰਟ ਪ੍ਰਾਈਸ ਹੁੰਦੀ ਹੈ ਜਿਹੜੀ ਕਿ ਐਨੀ ਐਨਾਂਕਾ ਇਹਨਾਂ ਨੂੰ ਰੋਟੀ ਖਾਣ ਨੂੰ ਚਾਹੀਦਾ ਆ ਇੱਕ ਐਮਐਸਪੀ ਹੁੰਦੀ ਐ ਐਮਐਸ ਇੱਕ ਹੁੰਦੀ ਐ ਮੈਕਸਿਮਮ ਸਪੋਰਟ ਪ੍ਰਾਈਸ ਬਟ ਇਹ ਮਿਨੀਮਮ ਸਪੋਰਟ ਪ੍ਰਾਈਸ ਹੈ ਜਿਹੜੀ ਕਿ ਕਿਸਾਨਾਂ ਨੂੰ ਇਹਨਾਂ ਦਾ ਹੱਕ ਹੈ ਇਹਦਾ ਇੱਕ ਕਾਨੂੰਨ ਬਣ ਜਾਣਾ ਚਾਹੀਦਾ ਬਸ ਐਨੀ ਇੱਕ ਰਿਕਵੈਸਟ ਸਾਡੀ ਮਨ ਕੀ ਬਾਤ ਚ ਹੈਗੀ ਐ ਉਹ ਮੰਨ ਜਾਣ ਤੇ ਕਿਸਾਨ ਆਪਣੇ ਆਪਣੇ ਘਰ ਜਾਣ ਅਸੀਂ ਵੀ ਆਰਾਮ ਕਰੀਏ ਆਪਣੇ ਆਪਣੇ ਕਮਾਕਾਰਾਂ ਚ ਬਿਜ਼ੀ ਹੋਈਏ ਭਾਜੀ ਕੀ ਲੱਗਦਾ 15 ਤਰੀਕ ਦੇ ਕੋਈ ਸਿੱਟੇ ਨਿਕਲਣਗੇ ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਕਾਨੂੰਨ ਵਾਪਸ ਨਹੀਂ ਕਰਾਂਗੇ ਅਸੀਂ ਇਹ ਲਾਗੂ ਰਹਿਣਗੇ ਤੇ ਸੋਧ ਕਰ ਦੁੰਦੇ ਆ ਕਿਸਾਨਾਂ ਦੀ ਇੱਕੋ ਮੰਗ ਆ ਵੀ ਕਾਨੂੰਨ ਰੱਦ ਕਰੋ ਤੇ ਐਮਐਸਪੀ ਸਾਰੇ ਦੇਸ਼ ਵਿੱਚ ਲਾਗੂ ਕਰੋ ਇਸ ਹਿਸਾਬ ਨਾਲ ਲੱਗਦਾ ਹੈ ਕਿ ਕੋਈ ਨਤੀਜੇ ਨਿਕਲਣਗੇ ਸਾਰਥਕ ਦੇਖੋ ਜੀ ਅਸੀਂ ਤਾਂ ਚਾਹੁੰਦੇ ਆ ਸਾਰਥਕ ਨਤੀਜਾ ਜ਼ਰੂਰ ਨਿਕਲੇ ਇਹਨੂੰ ਥੋੜੀ ਜੀ ਆਕਲ ਆਵੇ ਸਰਕਾਰ ਨੂੰ ਤੇ 15 ਤਰੀਕ ਨੂੰ ਸਾਡੇ ਕਿਸਾਨਾਂ ਦੀ ਗੱਲ ਮੰਨ ਕੇ ਕਿਸਾਨ ਆਪਣੇ ਆਪਣੇ ਘਰ ਜਾਣ ਆਪਣੇ ਆਪਣੇ ਕਮਾਕਾਰਾਂ ਚ ਆਪਣੀ ਆਪਣੀ ਕਿਸਾਨੀ ਦੇ ਵਿੱਚ ਬਿਜ਼ੀ ਹੋਣ ਤੇ ਸਰਕਾਰ ਜਿਹੜੇ ਸਰਕਾਰ ਦੇ ਕੰਮ ਹੈ ਸਰਕਾਰ ਦੇ ਕੰਮ ਕਰੇ ਲੋਕ ਅਰਥੀ ਜੋ ਕਿ ਲੋਕ ਭਲਾਈ ਦੇ ਕੰਮ ਲਈ ਸਰਕਾਰਾਂ ਹੁੰਦੀਆਂ ਨਾ ਕਿ ਪੈਸੇ ਕਮਾਣ ਲਈ ਨਾ ਕਿ ਕੋਈ ਬਿਜ਼ਨਸ ਕਰਨ ਲਈ ਨਾ ਕਿ ਕਿਸੇ ਪੈਸੇ ਵਾਲੇ ਨੂੰ ਕਿਸੇ ਅਮੀਰ ਆਦਮੀ ਨੂੰ ਹੋਰ ਅਮੀਰ ਆਦਮ ਬਣਾਉਣ ਲਈ ਹੁੰਦੀਆਂ ਸਰਕਾਰਾਂ ਹੁੰਦੀਆਂ ਆਮ ਆਦਮੀ ਲਈ ਸਰਕਾਰਾਂ ਹੁੰਦੀਆਂ ਹਰ ਇੱਕ ਉਸ ਇਨਸਾਨ ਲਈ ਜਿਹੜਾ ਗਰੀਬ ਤੋਂ ਗਰੀਬ ਹੈ ਜਿਹਦੇ ਕੋਲ ਵਿਚਾਰੇ ਕੋਲ ਜੇਬ ਚ ਖਾਣ ਨੂੰ ਰੋਟੀ ਵੀ ਨਾ ਹੋਵੇ ਉਹਦੇ باوجود ਵੀ ਸਰਕਾਰ ਹੋਵੇ ਉਹਨੂੰ ਰੋਟੀ ਵੀ ਦੇਵੇ ਤੇ ਉਹਨੂੰ ਘਰ ਵੀ ਦੇਵੇ ਤੇ ਉਹਦੇ ਤੇ ਆਪਣੀ ਕਿਰਪਾ ਛਤਰਛਾਇਆ ਬਣਾਵੇ ਸੋ ਇਦਾਂ ਦੇ ਰਾਜ ਭਾਗ ਜਿਹੜੇ ਹੁੰਦੇ ਨੇ ਅੱਜ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦਾ ਰਾਜ ਬੜਾ ਸਿੰਪਲ ਜਿਹਾ ਰਾਜ ਹੁੰਦਾ ਲੋਕਾਂ ਲੋਕਾਂ ਦੁਆਰਾ ਲੋਕਾਂ ਦੇ ਦੁਆਰਾ ਲੋਕਾਂ ਲਈ ਬਣਾਈ ਹੋਈ ਜਿਹੜੀ ਸਰਕਾਰ ਜੋ ਉਹਨਾਂ ਦੇ ਹੱਕਾਂ ਲਈ ਕੰਮ ਕਰੇ ਪਾਜੀ ਫਿਰ ਜੇ ਨਹੀਂ ਨਿਭੜਦਾ 15 ਤਰੀਕ ਨੂੰ ਫਿਰ ਅਗਲੀ ਕਿੱਦਾਂ ਦੀ ਤਿਆਰੀ ਹੈ 26 ਵਾਲੀ ਉਹ ਜੀ ਇਹ ਤਾਂ ਹੁਣ ਜਿਹੜੇ ਸਾਡੇ ਕਿਸਾਨ ਆਗੂ ਹੈਗੇ ਨੇ ਜਿਹੜੇ ਸਾਡੇ ਨੇਤਾ ਹੈਗੇ ਨੇ ਉਹ ਜੋ ਡਿਸਾਈਡ ਕਰਨਗੇ ਵੀ ਅੱਗੇ ਕੀ ਹੋਣਾ ਹੈ ਸਾਡਾ ਤਾਂ ਬਸ ਇੱਕੋ ਰਿਕਵੈਸਟ ਹੈਗੀ ਹੈ ਔਰ ਬੜਾ ਤਨੁਮਨੋ ਮੰਨਣਾ ਆ ਭਈ ਇਹ ਸਰਕਾਰ ਮੰਨ ਜਾਵੇ ਬੜੀ ਚੰਗੀ ਗੱਲ ਹੈ ਨਹੀਂ ਮੰਨੇਗੀ ਤਾਂ ਫਿਰ ਇਹਦੇ ਚ ਨੁਕਸਾਨ ਵੀ ਸਰਕਾਰ ਦਾ ਹੀ ਹੋਏਗਾ ਕਿਸਾਨਾਂ ਨੇ ਤਾਂ ਕਾਰਡ ਛਪਵਾ ਲਏ 26 ਤਰੀਕ ਵਾਲੇ ਆ ਕਿਸਾਨਾਂ ਨੇ ਕਾਰਡ ਛਪਵਾ ਲੈਨੇ 26 ਤਰੀਕ ਵਾਲੇ ਬਟ ਮੇਰਾ ਮੈਂ ਮੈਂ ਬਹੁਤ ਹੀ ਸਾਰਥਕਵਾਦੀ ਆ ਮੈਨੂੰ ਇਹ ਮੰਨਣਾ ਹੈ ਕਿ ਇਹ 15 ਤਰੀਕ ਨੂੰ ਜਾਂ 26 ਤਰੀਕ ਤੋਂ ਪਹਿਲੇ ਪਹਿਲੇ ਕੋਈ ਗੱਲ ਬਣ ਜਾਣੀ ਚਾਹੀਦੀ ਹੈਗੀ ਤੇ ਇਹ ਸੰਘਰਸ਼ ਕਰਨ ਦੀ 26 ਤਰੀਕ ਦੀ ਲੋੜ ਪੈਣੀ ਨਹੀਂ ਚਾਹੀਦੀ ਕਿਉਂਕਿ ਲੋਕਤੰਤਰ ਹੈ ਲੋਕਤੰਤਰੀ ਸਰਕਾਰ ਹੈਗੀ ਹੈ ਇਹਨਾਂ ਨੂੰ ਗੱਲ ਮੰਨ ਜਾਣੀ ਚਾਹੀਦੀ ਹੈ ਅੱਜ ਨਹੀਂ ਮੰਨੀ ਫਿਰ ਡੋਲੀ ਵਾਸਤੇ ਤਿਆਰੀ ਹੈ 26 ਫਿਰ ਜੀ ਅਸੀਂ ਗੱਡੀ ਨੂੰ ਫੁੱਲ ਆ ਕੇ ਲਿਆਵਾਂਗੇ ਬਿਲਕੁਲ ਹਰ ਇੱਕ ਜਿਹੜਾ ਅੱਜ ਲੋਕ ਆਪਣੇ ਮਨ ਦੀ ਬਾਤ ਸੁਣਾ ਰਹੇ ਨੇ ਦਿੱਲੀ ਬਾਸੀ ਵੀ ਕਹਿ ਰਹੇ ਆ ਕਿ ਸਾਡੇ ਮਨ ਦੀ ਬਾਤ ਸੁਣੋ ਜੇ 15 ਤਰੀਕ ਨੂੰ ਮਸਲਾ ਨਹੀਂ ਹੱਲ ਹੁੰਦਾ ਤਾਂ 26 ਤਰੀਕ ਦੇ ਜੋ ਕਿਸਾਨਾਂ ਵੱਲੋਂ ਵਿਆਹ ਦੇ ਕਾਰਡ ਚ ਪੁਆਏ ਗਿਆ ਉਸ ਦੇ ਲਈ ਡੋਲੀ ਵਾਲੀ ਕਾਰ ਵੀ ਕਾਰ ਵੀ ਭਾਈ ਸਾਹਿਬ ਨੇ ਜਿਹੜੀ ਹੈਗੀ ਆ ਦੇਤੀ ਹੈ ਕਹਿੰਦੇ ਮੈਂ ਫੁੱਲ ਲਾ ਕੇ ਜਿਹੜੀ ਹੈਗੀ ਆ 26 ਤਰੀਕ ਨੂੰ ਇਸੇ ਇਸੇ ਗੱਡੀ ਦੇ ਵਿੱਚ ਡੋਲੀ ਲੈ ਕੇ ਜਾਊਂਗਾ ਜਿਹੜੀ ਕਿਸਾਨਾਂ ਦਾ ਜਿਹੜਾ ਵਿਆਹ ਰੱਖਿਆ ਗਿਆ ਤੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਲਗਭਗ ਤੇ